ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਜਿਹੜੇ ਪਾੜ ਕੌਮ ਦੇ ਵਿੱਚ ਪਾਏ ਨੇ ਉਹ ਸਾਡੇ ਆਪਣਿਆਂ ਨੇ ਪਾਏ ਨੇ ਤੇ ਚੋਲੇ ਪਾ ਕੇ ਚੋਲੇ ਵਾਲੇ ਮਸੰਦਾਂ ਨੇ ਪਾਏ। ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਂਦੀਆਂ ਨੇ ਕਿਉਂਕਿ ਉਹ ਮੱਸਾ ਰੰਗੜ ਦਾ ਸਿਰ ਵੱਢਣਾ ਬਹੁਤ ਆਸਾਨ ਸੀ ਜਿਹੜਾ ਸਰਿਆਮ ਬੈਠਿਆ ਕੰਜਰੀਆਂ ਨਚਾਉਂਦਾ ਸੀ, ਪਰ ਉਹ ਮੱਸਾ ਰੰਗੜ ਲੱਭਣੇ ਤੇ ਉਹਨਾਂ ਦੇ ਸਿਰ ਵੱਢਣੇ ਬਹੁਤ ਔਖੇ ਨੇ ਜਿਹੜੇ ਚੋਲੇ ਪਾ ਕੇ ਕੌਮ ਦੇ ਅੰਦਰ ਵੜੀ ਬੈਠੇ। ਸਤਿ ਸ੍ਰੀ ਅਕਾਲ। ਸੋ ਭਾਈ ਜਗਦੀਸ਼ ਸਿੰਘ ਕੋਟ ਭਾਈ ਪਾਸੋਂ ਗ੍ਰੰਥੀ ਪ੍ਰਚਾਰਕ ਲਹਿਰ ਦੀ ਜੋ ਸਿਸਟਮ ਸੀਗਾ, ਜੋ ਉਹਨਾਂ ਦਾ ਏਜੰਡਾ ਸੀ, ਆਪ ਸਾਰਿਆਂ ਨੇ ਸੁਣਿਆ। ਕਿਉਂਕਿ ਹਰੇਕ ਚੀਜ਼ ਸਿਸਟਮ ਦੇ ਨਾਲ ਜੇ ਲਾਗੂ ਹੋਵੇ ਤਾਂ ਉਹ ਜਿਹੜੀ ਕਾਮਯਾਬ ਲਾਜ਼ਮੀ ਹੁੰਦੀ ਹੈ। ਸੋ ਜਿਹੜਾ ਧੰਨਵਾਦ ਗੁਰਬਾਣੀ ਅਖੰਡ ਬਾਣੀ ਚੈਨਲ ਆ ਜਿਹੜਾ ਵੀਰ ਪ੍ਰੀਤ ਸੈਣੀ ਜੀ ਦਾ, ਕਿਉਂਕਿ ਜਿਨ੍ਹਾਂ ਨੇ ਸਿੱਖ ਧਰਮ ਦੀਆਂ ਗਤੀਵਿਧੀਆਂ ਦੇ ਜ਼ਰੀਏ ਜਿਹੜਾ ਪ੍ਰਚਾਰਕਾਂ ਦਾ, ਗ੍ਰੰਥੀਆਂ ਦਾ ਜਾਂ ਹੋਰ ਵੀ ਕਿਸੇ ਤਰ੍ਹਾਂ ਦੇ ਜਿਹੜੇ ਧੱਕੇ ਹੁੰਦੇ ਆ, ਸ਼ਾਇਦ ਹੋਰ ਕੋਈ ਚੈਨਲ ਇਸ ਤਰ੍ਹਾਂ ਨਾਂ ਵਿਖਾਉਂਦਾ ਹੋਵੇ, ਇਹਨਾਂ ਦਾ ਵੀ ਬਹੁਤ ਧੰਨਵਾਦ ਆ। ਜਿਸ ਤਰ੍ਹਾਂ ਜਗਦੀਪ ਜੀ ਨੇ ਕਿਹਾ ਕਿ ਜਿਹੜਾ ਬੀਜ ਬੀਜਣ ਵਾਲਾ ਬੀਜ ਨੂੰ ਧਰਤੀ ਦੇ ਵਿੱਚ ਬੋਣਾ, ਉਸ ਤੋਂ ਬਾਅਦ ਰੁੱਖ ਬਣਦਾ, ਛਾਂ ਮੰਗਣ ਵਾਲੇ ਬਹੁਤ ਆ ਜਾਂਦੇ ਆ, ਪਰ ਜਿਹਨੇ ਬੀਜ ਬੀਜਿਆ ਉਹਦਾ ਜਿਹੜਾ ਸਤਿਕਾਰ ਸਾਡਾ ਕਰਨਾ ਫਰਜ਼ ਬਣਦਾ, ਕਿਉਂਕਿ ਉਹਨੇ ਇੱਕ ਉੱਦਮ ਕੀਤਾ, ਇੱਕ ਉਪਰਾਲਾ ਕੀਤਾ, ਉਪਰਾਲੇ ਤੋਂ ਬਾਅਦ ਉਹ ਰੁੱਖ ਬਣਿਆ, ਛਾਂ ਮੰਨਣ ਵਾਲੇ ਬਥੇਰੇ ਆ ਜਾਣਗੇ। ਸੋ ਇਸੇ ਤਰ੍ਹਾਂ ਪ੍ਰੀਤ ਸੈਣੀ ਜੀ ਇੱਕ ਬੀਜ ਆ ਜਿਨ੍ਹਾਂ ਨੇ ਆਪਣੀ ਆਵਾਜ਼ ਨੂੰ ਇਸ ਸਿਸਟਮ ਨੂੰ ਜਿਹੜਾ ਲੋਕਾਂ ਤੱਕ ਪਹੁੰਚਾਉਣਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਸੋ ਇਹ ਚੀਜ਼ ਜਿਹੜੀ ਭਾਈ ਜਗਦੀਪ ਸਿੰਘ ਨੇ ਆਪ ਸਾਰਿਆਂ ਦੇ ਸਨਮੁੱਖ ਰੱਖੀ ਆ, ਕਿਉਂਕਿ ਇਹਨਾਂ ਦਾ ਜਿਸ ਤਰ੍ਹਾਂ ਇਹਨਾਂ ਨੇ ਕਿਹਾ, ਇਹ ਚੀਜ਼ ਇੱਕ ਵੱਡੀ ਲੱਗਦੀ ਹੈ ਵੀ ਇੱਕ ਬੜਾ ਵੱਡਾ ਜਿਹੜਾ ਉਪਰਾਲਾ ਇੱਕ ਸਿਸਟਮ ਆ, ਕਿਵੇਂ ਹੋਵੇਗਾ, ਕਿਵੇਂ ਇੰਨੇ ਪੈਸੇ ਆਉਣਗੇ, ਕਿਉਂਕਿ ਹਰੇਕ ਚੀਜ਼ ਜਿਹੜੀ ਅੱਜ ਤੱਕ ਕੋਈ ਕਾਮਯਾਬੀ ਹੋਈ ਆ ਹੇਠਲੇ ਪੱਧਰ ਤੋਂ ਚੱਲੀ ਆ, ਅੱਜ ਇੱਕ ਬੰਦਾ, ਦੋ, ਚਾਰ, ਦਸ, ਵੀਹ, ਕਿਉਂਕਿ ਜਿੰਨਾ ਚਿਰ ਕੰਮ ਕਰਨ ਦੀ ਸ਼ਕਤੀ ਬਣੀ ਰਹੇਗੀ, ਹੌਸਲਾ ਬਣਿਆ ਰਹੇਗਾ, ਉਨਾ ਚਿਰ ਇੱਕ ਤੇ ਇੱਕ ਜਿਵੇਂ ਆਪਾਂ ਕਹਿ ਦਿੰਦੇ ਹਾਂ 11 ਬਣ ਜਾਂਦੇ ਆ। ਸੋ ਮੈਂ ਅੱਗੇ ਬੇਨਤੀ ਕਰਾਂਗਾ ਜਿਹੜਾ ਇਸ ਸਿਸਟਮ ਦੇ ਪ੍ਰਤੀ ਜਿਹੜੇ ਵਿਚਾਰ ਆ ਸਤਿਕਾਰਯੋਗ ਸਾਡੇ ਗੁਰਬਾਣੀ ਅਖੰਡ ਬਾਣੀ ਚੈਨਲ ਦੇ ਜਿਹੜੇ ਮੁਖੀ ਨੇ ਪ੍ਰੀਤ ਸਿੰਘ ਸੈਣੀ ਜੀ, ਉਹ ਕੁਝ 5 ਮਿੰਟਾਂ ਦੇ ਵਾਸਤੇ ਆਪ ਸੰਗਤਾਂ ਦੇ ਸਨਮੁੱਖ ਹੋਣਗੇ ਜੀ। ਪ੍ਰੀਤ ਸਿੰਘ ਸੈਣੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਦੇਸ਼ ਕੌਮ ਕੇ ਵਾਸਤੇ ਭਾਰਤੀ ਸੁਚਾਰ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਹੀ ਹਜ਼ਾਰ। ਮੇਰੇ ਕਲ ਦੀ ਧਰਤੀ ਪਹਿਲਾਂ ਫਤਿਹ ਕਰਵਾਰ ਕਰਨਾ ਚਾਹੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਭਾਈ ਜੀ ਨੇ ਬਹੁਤ ਕੁਛ ਐਕਸਪਲੇਨ ਕਰਤਾ ਤੁਹਾਨੂੰ। ਮਤਲਬ ਇੱਕ ਚੀਜ਼ ਹੁੰਦੀ ਹੈ ਕਿ ਅਸੀਂ ਜਦੋਂ ਸਿੱਖ ਕੌਮ ਵੱਲ ਨਜ਼ਰ ਮਾਰਦੇ ਹਾਂ ਤਾਂ ਸਾਡੀ ਸਭ ਤੋਂ ਵੱਡੀ ਤਰਾਸਦੀ ਹੈ ਕਿ ਜਿਹੜੇ ਸਾਨੂੰ ਪ੍ਰਚਾਰਕ ਸ਼੍ਰੇਣੀ ਨਜ਼ਰ ਆਉਂਦੀ ਹੈ, ਜਾਂ ਤਾਂ ਸਾਨੂੰ ਕਰੀਮ ਨਜ਼ਰ ਆਉਂਦੀ ਹੈ ਜਿਹੜੇ ਗੱਡੀਆਂ 'ਚ ਉਤਰਦੇ ਨੇ, ਫਲਾਈਟਾਂ 'ਚ ਬਹਿੰਦੇ ਨੇ ਅਤੇ ਪ੍ਰਚਾਰ ਕਰਕੇ ਆਉਂਦੇ ਨੇ ਅਤੇ ਆ ਕੇ ਫਿਰ ਤੋਂ ਸੁੱਖ ਮਾਣਦੇ ਨੇ। ਦੂਸਰੇ ਪਾਸੇ ਅਗਰ ਨਜ਼ਰ ਮਾਰਦੇ ਹਾਂ ਪਿੰਡਾਂ ਦੇ ਵਿੱਚ, ਕੁਝ ਉਹ ਪ੍ਰਚਾਰਕ ਨੇ ਜਿਹਨਾਂ ਨੂੰ ਡਾਲੀ ਲੈਣ ਵਾਸਤੇ ਵੀ ਜਾਣਾ ਪੈਂਦਾ, ਜਿਹਨਾਂ ਦੇ ਘਰ ਦੇ ਖਰਚੇ ਤੱਕ ਵੀ ਪੂਰੇ ਨਹੀਂ ਹੁੰਦੇ, ਅਤੇ ਉਹਨਾਂ ਵਿੱਚੋਂ ਵੀ ਪਿਛਲੇ ਆਈ ਥਿੰਕ 2-3 ਮਹੀਨਿਆਂ ਤੋਂ ਮੈਂ ਲਗਾਤਾਰ ਕਵਰ ਕਰ ਰਿਹਾ ਹਾਂ। ਕੋਟ ਭਾਈ ਜੀ ਤੋਂ ਸ਼ੁਰੂ ਹੋਇਆ ਸੀਗਾ ਕਿ ਜਿਹਨਾਂ ਵੀ ਪ੍ਰਚਾਰਕਾਂ ਦੇ ਨਾਲ ਜਾਂ ਗ੍ਰੰਥੀ ਸਿੰਘਾਂ ਦੇ ਨਾਲ ਅਜਿਹੀ ਘਟਨਾ ਵਾਪਰੀ ਹੈ ਕਿ ਉਹਨਾਂ ਨੂੰ ਗੁਰੂ ਘਰ 'ਚੋਂ ਬਿਨਾਂ ਪੁੱਛਿਆ, ਬਿਨਾਂ ਉਹਨਾਂ ਦੀ ਫਾਈਨੈਂਸ਼ੀਅਲ ਕੰਡੀਸ਼ਨ ਦੇਖਿਆ ਕੱਢ ਕੇ ਬਾਹਰ ਸੁੱਟ ਦਿੱਤਾ,
ਜਦੋਂ ਮੈਂ ਇਹਨਾਂ ਦਾ ਸ਼ੋਅ ਪਹਿਲੀ ਵਾਰ ਪਬਲਿਸ਼ ਕੀਤਾ ਤਾਂ ਮੈਨੂੰ ਪਤਾ ਹੈ ਅਲੱਗ ਅਲੱਗ ਅਹੁਦੇਦਾਰਾਂ ਦੇ ਜਥੇਦਾਰਾਂ ਦੇ ਬਣਿਆਂ ਦੇ ਕਾਲਸ ਆਏ ਕਿ ਇਹ ਕੰਮ ਤੁਸੀਂ ਨਾ ਕਰੋ, ਕਿ ਤੁਸੀਂ ਗ੍ਰੰਥੀ ਦੀ ਗ੍ਰੰਥੀ ਸਿੰਘਾਂ ਦੀ ਆਵਾਜ਼ ਕਿਉਂ ਬਣਦੇ ਹੋ, ਕਿ ਸਾਰੇ ਗ੍ਰੰਥੀ ਚੰਗੇ ਨਹੀਂ ਹੁੰਦੇ, ਬਹੁਤ ਸਾਰੇ ਗ੍ਰੰਥੀ ਮਾੜੇ ਵੀ ਨੇ। ਅਤੇ ਮੈਂ ਸਰਿਆਂ ਇੱਕ ਗੱਲ ਕਹੀ, ਕਿਉਂਕਿ ਮੈਂ ਕਿਸੇ ਮਿਸ਼ਨਰੀ ਦੇ ਨਾਲ ਨਹੀਂ ਹੈ, ਕਿਸੇ ਟਕਸਾਲੀ ਦੇ ਨਾਲ ਨਹੀਂ ਹੈ, ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਕਿ ਮੇਰਾ ਪਲੇਟਫਾਰਮ ਸਿੱਖ ਕੌਮ ਦਾ ਪਲੇਟਫਾਰਮ ਹੈ। ਅਗਰ ਤੁਸੀਂ ਹੱਕ ਸੱਚ ਦੀ ਗੱਲ ਕਰਨੀ ਹੈ, ਸਰਬੱਤ ਦੇ ਭਲੇ ਦੀ ਗੱਲ ਕਰਨੀ ਹੈ, ਤੁਸੀਂ ਹੱਕ ਨਾਲ ਆ ਕੇ ਮੈਨੂੰ ਕਹਿ ਸਕਦੇ ਹੋ ਕਿ ਸੰਜਾ ਅਸੀਂ ਆਹ ਕੰਮ ਕਰਨਾ ਹੈ ਅਤੇ ਆਹ ਗੱਲ ਅਸੀਂ ਤੁਹਾਡੇ ਚੈਨਲ ਦੇ ਥਰੂ ਰੱਖਣੀ ਹੈ, ਮੈਂ ਕਦੀ ਉਸ ਚੀਜ਼ ਨੂੰ ਮਨ੍ਹਾ ਨਹੀਂ ਕਰਾਂਗਾ। ਪਰ ਉਹ ਸਰਬੱਤ ਦੇ ਭਲੇ ਦੀ ਗੱਲ ਹੋਣੀ ਚਾਹੀਦੀ ਹੈ, ਲੋਕ ਭਲਾਈ ਦੀ ਗੱਲ ਹੋਣੀ ਚਾਹੀਦੀ। ਜਿੱਥੇ ਤੁਸੀਂ ਆਪਣੇ ਨੀਚਾਂ ਵਾਸਤੇ ਗੱਲ ਕਰੋਗੇ ਉੱਥੇ ਮੇਰਾ ਕੋਰਾ ਜਵਾਬ ਹੋਊਗਾ ਨਾ। ਗੁਰੂ ਹਜ਼ੂਰੀ ਦੇ ਵਿੱਚ ਖੜ੍ਹੇ ਹਾਂ ਅਤੇ ਮੈਂ ਇਹੀ ਬੇਨਤੀ ਤੁਹਾਨੂੰ ਵੀ ਕਰਾਂਗਾ ਕਿ ਜੋ ਵੀ ਸੰਸਥਾ ਹੁਣ ਇਹਨਾਂ ਨੇ ਅਗਰ ਪ੍ਰਚਾਰਕਾਂ ਨੂੰ ਸੰਭਾਲਣ ਵਾਸਤੇ ਇੱਕ ਲਹਿਰ ਦੀ ਸ਼ੁਰੂਆਤ ਕੀਤੀ ਹੈ, ਜਿਸ ਸ਼ਿੱਦਤ ਦੇ ਨਾਲ ਇਹਨਾਂ ਨੇ ਸ਼ੁਰੂਆਤ ਕੀਤੀ ਹੈ, ਤੁਹਾਡੇ ਵਿੱਚੋਂ ਜੋ ਵੀ ਵੀਰ ਭੈਣ ਭਰਾ ਇਹਨਾਂ ਦੇ ਨਾਲ ਅੱਗੇ ਜੁੜਦੇ ਨੇ, ਮੈਂ ਇਹੀ ਕਹਾਂਗੀ ਕਿ ਆਪਣੇ ਨਿੱਜ ਛੱਡ ਕੇ ਫਿਰ ਜੁੜਿਓ, ਕਿਉਂਕਿ ਨੀਅਤ ਨੇ ਤੁਹਾਡੀ ਨੇ ਤੁਹਾਡੀ ਨੀਅਤ ਹੀ ਤੈਅ ਕਰ ਲੈਣੀ। ਜੇ ਨੀਅਤ 'ਚ ਖੋਟ ਹੋਈ ਤਾਂ ਤੁਹਾਡੀ ਨੀਅਤ ਹੀ ਤੁਹਾਨੂੰ ਕਦੀ ਨਹੀਂ ਮਿਲਣੀ। ਉਹ ਗੱਲਾਂ ਸਿਆਣੇ ਦੀਆਂ ਕਹੀਆਂ ਹੋਰ ਰਹੀਆਂ ਕਿ ਨਿਆਣਾ ਜੰਮਦਾ ਅਤੇ ਆਪਣੇ ਕਰਮ ਲੈ ਕੇ ਜੰਮਦਾ, ਨਹੀਂ ਜੀ, ਜਿੰਨੇ ਅਸੀਂ ਆਪਣੇ ਕਰਮ ਬਣਾਉਣੇ ਨੇ ਆਪਣੇ ਹੱਥਾਂ ਨਾਲ ਬਣਾਉਣੇ ਨੇ। ਰੇਖਾਵਾਂ ਵੀ ਤਾਂ ਬਣਦੀਆਂ ਨੇ ਜੇ ਅਸੀਂ ਕੰਮ ਕਰਦੇ ਹਾਂ। ਕਿਸੇ ਜੰਮਦੇ ਬੱਚੇ ਦਾ ਹੱਥ ਸਿੱਧਾ ਕਰਕੇ ਛੱਡ ਦਿਓ, ਇੱਕ ਵੀ ਲੀਕ ਉਹਦੇ ਹੱਥ 'ਤੇ ਨਹੀਂ ਪੈਣੀ। ਲੀਕਾਂ ਤਾਂ ਪੈਣੀਆਂ ਸ਼ੁਰੂ ਹੋਣਗੀਆਂ ਜੇ ਤੁਸੀਂ ਕੋਈ ਕੰਮ ਕਰਦੇ ਹੋ, ਦਸਾਂ ਨਹਾਂ ਦੀ ਕਿਰਤ ਕਮਾਈ ਕਰਦੇ ਹੋ। ਠੀਕ ਹੈ, ਅੱਜ ਸਾਡੇ ਪ੍ਰਚਾਰਕ ਜਿੰਨੇ ਹੈ ਨੇ ਆਪਣੇ ਦਿਲੋਂ ਚੰਗਾ ਗੁਰਮਤ ਦਾ ਪ੍ਰਚਾਰ ਪ੍ਰਸਾਰ ਕਰਦੇ ਹਨ। ਬਹੁਤ ਸਾਰੇ ਪ੍ਰਚਾਰਕ ਇਹੋ ਜਿਹੇ ਵੀ ਨੇ ਜਿਹਨਾਂ ਕੋਲ ਡਿਗਰੀਆਂ ਨਹੀਂ ਹੈਗੀਆਂ, ਪਰ ਉਹ ਬਹੁਤ ਚੰਗੇ ਪ੍ਰਚਾਰਕ ਨੇ। SGPC ਦਾ ਪਿੱਛੇ ਜੇ ਕਾਂਡ ਸਾਹਮਣੇ ਆਇਆ ਸੀ ਕਿ ਬਹੁਤ ਸਾਰੇ ਪ੍ਰਚਾਰਕਾਂ ਕੋਲੋਂ ਲੱਖਾਂ ਰੁਪਈਆ ਉਹਨਾਂ ਨੇ ਲਿੱਤਾ ਸੀ ਕਿ ਤੁਹਾਨੂੰ SGPC 'ਚ ਨੌਕਰੀਆਂ ਦੇਵਾਂਗੇ, ਉਹ ਸਾਰਾ ਦਾ ਸਾਰਾ ਬਹੁਤ ਸਾਰੇ ਵੀਰ ਬਹੁਤ ਸਾਰੀਆਂ ਜਥੇਬੰਦੀਆਂ ਅਜਿਹੀਆਂ ਨੇ ਜਿਹੜੇ ਜੱਗ ਜ਼ਾਹਿਰ ਕਰ ਦਿੰਦੇ ਨੇ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਕਰਕੇ ਅਵੇਅਰਨੈਸ ਸਾਰਿਆਂ ਦੇ ਵਿੱਚ ਬਹੁਤ ਜ਼ਿਆਦਾ ਆ ਗਈ ਹੈ। ਪਰ ਮੈਂ ਅੱਜ ਜੋ ਤਰਾਸਦੀ ਪ੍ਰਚਾਰਕਾਂ ਦੀ ਹੋ ਰਹੀ ਹੈ ਉਸਦਾ ਸਭ ਤੋਂ ਵੱਡਾ ਜ਼ਿੰਮੇਵਾਰ ਅਗਰ ਕਿਸੇ ਨੂੰ ਮੰਨਦਾ ਹਾਂ ਤਾਂ ਕਿਤੇ ਨਾ ਕਿਤੇ ਸਿੱਖ ਸੰਗਤ ਦਾ ਮੰਨਦਾ, ਕਿਉਂਕਿ ਚਾਹੇ ਪਿੰਡ ਹੈ, ਚਾਹੇ ਮੁਹੱਲਾ ਹੈ, ਚਾਹੇ ਸ਼ਹਿਰ ਹੈ, ਅਸੀਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਵਾਸਤੇ ਜਾਂਦੇ ਹਾਂ, ਗੁਰੂ ਘਰ ਦੇ ਵਿੱਚ ਮੱਥਾ ਟੇਕਣ ਵਾਸਤੇ ਜਾਂਦੇ ਹਾਂ। ਸਾਡਾ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਜਿਸ ਗੁਰੂ ਘਰ ਜਾ ਰਹੇ ਹਾਂ ਉਸ ਗੁਰੂ ਘਰ ਦੇ ਵੱਲ ਵੀ ਇੱਕ ਵਾਰ ਨਜ਼ਰ ਮਾਰ ਕੇ ਦੇਖੀਏ ਕਿ ਉੱਥੇ ਦਾ ਗ੍ਰੰਥੀ ਸਿੰਘ ਕੌਣ ਹੈ, ਪ੍ਰਧਾਨ ਕੌਣ ਨੇ, ਜਿਸ ਗੋਲਕ ਦੇ ਵਿੱਚ ਅਸੀਂ ਆਪਣਾ ਦਸਵੰਧ ਪਾਉਂਦੇ ਹਾਂ ਜਾਂ ਮਾਇਆ ਪਾ ਕੇ ਮੱਥਾ ਟੇਕ ਕੇ ਆਉਂਦੇ ਹਾਂ, ਉਹ ਸਹੀ ਥਾਂ 'ਤੇ ਇਸਤੇਮਾਲ ਹੋ ਰਿਹਾ ਨਹੀਂ ਹੋ ਰਿਹਾ। ਪਰ ਨਹੀਂ, ਅੱਜ ਕੱਲ੍ਹ ਸਾਡੀ ਆਸਥਾ ਘੱਟ ਰਹਿ ਗਈ ਹੈ ਗੁਰੂ ਦੇ ਨਾਲ, ਸਾਡੀ ਰੂਟੀਨ ਜ਼ਿਆਦਾ ਬਣ ਗਈ ਕਿ ਸਵੇਰੇ ਉੱਠ ਕੇ ਅਸੀਂ ਮੱਥਾ ਟੇਕ ਕੇ ਆਉਣਾ, ਸ਼ਾਮ ਨੂੰ ਜਾ ਕੇ ਅਸੀਂ ਮੱਥਾ ਟੇਕ ਕੇ ਆਉਣਾ, ਅਤੇ ਉਹੀ ਚੀਜ਼ ਅਸੀਂ ਆਪਣੇ ਬੱਚਿਆਂ ਨੂੰ ਸਿਖਾ ਦਿੱਤੀ ਹੈ। ਬੱਚਿਆਂ ਨੂੰ ਜਪਜੀ ਸਾਹਿਬ ਦਾ ਪਾਠ ਪੂਰਾ ਆਉਂਦਾ ਹੋਊਗਾ, 5 ਪੰਕਤੀਆਂ ਦੀ ਤੁਸੀਂ ਵਿਆਖਿਆ ਪੁੱਛ ਲਓ, ਇੱਕ ਵੀ ਬੱਚਾ ਜੇ ਤੁਹਾਨੂੰ ਵਿਆਖਿਆ ਪੂਰੀ ਕਰਕੇ ਦੇ ਦੇਵੇ। ਮੈਂ ਸਿਰਫ ਜਿਹੜੇ ਗੁਰੂ ਘਰ ਰੂਟੀਨ ਵਾਈਜ਼ ਆਉਂਦੇ ਨੇ ਉਹਨਾਂ ਦੀ ਗੱਲ ਕਰ ਰਿਹਾ ਹਾਂ ਕਿ ਜਿਹੜੇ ਰੋਜ਼ ਗੁਰੂ ਘਰ ਆ ਕੇ ਮੱਥਾ ਟੇਕ ਕੇ ਜਾਂਦੇ ਨੇ ਉਹਨਾਂ ਦੇ ਬੱਚਿਆਂ ਨੂੰ ਵੀ ਵਿਆਖਿਆ ਪੂਰੀ ਤਰ੍ਹਾਂ ਨਹੀਂ ਪਤਾ ਹੁੰਦੀ। ਬੱਚਿਆਂ ਨੂੰ ਛੱਡੋ, ਮਾਪਿਆਂ ਨੂੰ ਨਹੀਂ ਪਤਾ, ਪਾਠ ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਸੁਣਾ ਦੇਣਗੇ ਕਰਕੇ, ਕਿਉਂਕਿ ਗੁਟਕਾ ਹੱਥ 'ਚ ਫੜਿਆ ਹੁੰਦਾ, ਲੜੀ ਵਾਰ ਪੜ੍ਹ ਲੈਂਦੇ ਨੇ। ਜੇਕਰ ਕਿਤੇ ਰੋਕ ਕੇ ਤੁਸੀਂ 2 ਲਾਈਨਾਂ ਦੀ ਵਿਆਖਿਆ ਹੋਣ ਤਾਂ ਪੁੱਛ ਲਓ ਵਿਆਖਿਆ ਸਹੀ, ਉਹਨਾਂ ਨੂੰ ਵੀ ਨਹੀਂ ਪਤਾ ਹੁੰਦੀ। ਅਤੇ ਸਾਡੀ ਤਰਾਸਦੀ ਹੈ ਕਿ ਬਹੁਤ ਘੱਟ ਅਜਿਹੇ ਪ੍ਰਚਾਰਕ ਨੇ ਜਿਹੜੇ ਸਹੀ ਵਿਆਖਿਆ ਕਰਕੇ ਤੁਹਾਨੂੰ ਸਹੀ ਦਿਸ਼ਾ ਨਿਰਦੇਸ਼ ਦਿੰਦੇ ਨੇ, ਤੁਹਾਡਾ ਮਾਰਗਦਰਸ਼ਨ। ਬਹੁਤ ਸਾਰੇ ਵੱਡੇ ਵੱਡੇ ਪ੍ਰਚਾਰਕ ਅਜਿਹੇ ਨੇ ਜਿਹੜੀ ਆਪਣੇ ਮਨਮਤ ਸਾਹਮਣੇ ਰੱਖਦੇ ਨੇ, ਗੁਰਮਤ ਪਿਛਾੜ ਦਿੰਦੇ ਨੇ, ਅਤੇ ਉਹਨਾਂ ਦੀ ਮਨਮਤ ਪਿੱਛੇ ਲੱਗ ਕੇ ਢੋਲਕੀਆਂ ਛੇਣੇ ਵਜਾਉਣ ਵਾਲੇ ਫਿਰ ਬਹੁਤ ਇਕੱਠੇ ਹੋ ਜਾਂਦੇ ਨੇ। ਫਿਰ ਤੁਸੀਂ ਜਿੰਨਾ ਮਰਜ਼ੀ ਉਹਨਾਂ ਦੇ ਨਾਲ ਤੁਰ ਪਓ, ਜਿੰਨਾ ਮਰਜ਼ੀ ਉਹਨਾਂ ਦੇ ਨਾਲ ਅਗਾਂਹ ਫੈਲ ਜਾਓ, ਮੈਂ ਸਰਿਆਮ ਇੱਕੋ ਹੀ ਚੀਜ਼ ਕਹਿੰਦਾ ਕਿ ਉਹ ਭੇਡ ਚਾਲ ਹੈ। ਬਾਬੇ ਨਾਨਕ ਨੇ ਜੋ ਫਲਸਫਾ ਸ਼ੁਰੂ ਕੀਤਾ ਸੀ
ਉਸ ਦੇ ਵਿੱਚ ਸਾਫ ਸੇ ਹੈ ਕਿ ਢੋਂਗ ਪਖੰਡ ਤੁਸੀਂ ਜੇ ਤਿਆਗ ਸਕਦੇ ਹੋ ਤਾਂ ਅੱਗੇ ਆਓ। ਉਸ ਚੀਜ਼ ਦੇ ਉੱਤੇ ਮੋਹਰ ਲਾ ਕੇ ਮੇਰੇ ਕਲਗੀਧਰ ਨੇ ਇੱਕ ਨਵੀਂ ਸੈਨਾ ਸਰਚੀ, ਠੀਕ ਹੈ ਜੀ, ਖਾਲਸਾ ਪੰਥ ਦੀ ਸਥਾਪਨਾ ਕੀਤੀ। ਹੁਣ ਉਸ ਖਾਲਸਾ ਪੰਥ ਦੇ ਵਿੱਚ ਕਿਸੇ ਜਾਤ ਪਾਤ ਦਾ, ਕਿਸੇ ਗੈਰ ਧਰਮੀ ਦਾ ਕੋਈ ਰੋਲ ਨਹੀਂ ਸੀ, ਕਿਉਂਕਿ ਇੱਕ ਨਿਰੋਲ ਕਹਿੰਦੇ ਨੇ ਕਿ ਉਹਨਾਂ ਨੇ ਸਿਰਜਣਾ ਕੌਮ ਦੀ ਕਰਤੀ ਜਿਹਦੇ ਵਿੱਚ ਕੋਈ ਗੋਰਾ ਨਹੀਂ, ਕੋਈ ਕਾਲਾ ਨਹੀਂ, ਕੋਈ ਬ੍ਰਾਹਮਣ ਨਹੀਂ, ਕੋਈ ਚੂੜਾ ਨਹੀਂ, ਕੋਈ ਚਮਾਰ ਨਹੀਂ। ਅਸੀਂ ਇਹ ਸ਼ਬਦ ਕਹਿੰਦੇ ਹੋਏ ਅੱਜ ਵੀ ਘਬਰਾਉਂਦੇ ਹਾਂ, ਕਿਉਂ? ਕਿਉਂਕਿ ਅੱਜ ਵੀ ਅਸੀਂ ਬੱਚਿਆਂ ਦੇ ਵਿਆਹ ਕਰਨ ਤੋਂ ਪਹਿਲਾਂ ਸੋਚਦੇ ਹਾਂ ਭਾਈ ਗੋਤ ਕੀ ਹੈ, ਤੁਹਾਡਾ ਜਾਤ ਕੀ ਹੈ ਤੁਹਾਡੀ। ਤੁਸੀਂ ਅਗਰ ਆਪਣੇ ਆਪ ਨੂੰ ਕਲਗੀਧਰ ਦੀ ਸੈਨਾ ਦਾ ਸਿਪਾਹੀ ਮੰਨਦੇ ਹੋ, ਅਗਰ ਆਪਣੇ ਆਪ ਨੂੰ ਸੱਚਾ ਸਿੱਖ ਮੰਨਦੇ ਹੋ, ਤਾਂ ਸਾਡਾ ਸਭ ਤੋਂ ਪਹਿਲਾ ਫਰਜ਼ ਇਹ ਬਣਦਾ ਕਿ ਅਸੀਂ ਆਪਣੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਪ੍ਰਿੰਸੀਪਲਸ ਹੈ ਨੇ, ਜੋ ਫਲਸਫੇ ਹੈ ਨੇ, ਉਹਨਾਂ ਉੱਤੇ ਖਰੇ ਉਤਰਨਾ ਸਿੱਖੀਏ। ਜਦੋਂ ਤੱਕ ਅਸੀਂ ਆਪ ਨਹੀਂ ਉਤਰੇ ਖਰੇ, ਤਾਂ ਅਸੀਂ ਦੂਜਿਆਂ ਨੂੰ ਕੀ ਪ੍ਰਚਾਰਾਂਗੇ। ਦੂਸਰੇ ਪਾਸੇ ਗ੍ਰੰਥ ਸਿੰਘਾਂ ਨੂੰ ਜੋ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਹੈ, ਜਿੱਦਾਂ ਇਹਨਾਂ ਨੇ ਕਿਹਾ ਸੀਗਾ ਕਿ ਹਰ ਪਿੰਡ ਦੇ ਵਿੱਚ ਮਿਸ਼ਨਰੀ ਵੀ ਨੇ ਅਤੇ ਟਕਸਾਲੀ ਵੀ ਨੇ। ਮਿਸ਼ਨਰੀ ਦੇ ਹਿਸਾਬ ਨਾਲ ਤੁਸੀਂ ਪ੍ਰਚਾਰ ਕਰੋਗੇ ਤਾਂ ਟਕਸਾਲੀਆਂ ਦਾ ਮੂੰਹ ਬਣ ਜਾਏਗਾ, ਟਕਸਾਲੀਆਂ ਦੇ ਹਿਸਾਬ ਨਾਲ ਪ੍ਰਚਾਰ ਕਰੋਗੇ ਮਿਸ਼ਨਰੀਆਂ ਦਾ ਬਣ ਜਾਣਾ। ਉਹੀ ਚੀਜ਼ ਮੇਰੇ ਚੈਨਲ ਦੇ ਉੱਤੇ ਵੀ ਹੁੰਦੀ ਹੈ, 4 ਵੀਡੀਓਜ਼ ਬੈਕ ਟੂ ਬੈਕ ਮੈਂ ਕੁਛ ਟਕਸਾਲੀਆਂ ਦੇ ਹੱਕ ਦੇ ਵਿੱਚ ਪਾਤਾ, ਮੈਨੂੰ ਨਾਲ ਦੇ ਨਾਲ ਫੋਨ ਆ ਜਾਂਦੇ ਨੇ ਕੀ ਗੱਲ ਟਕਸਾਲ ਜੁਆਇਨ ਕਰਨੀ। 4 ਮਿਸ਼ਨਰੀਆਂ ਦੇ ਹਿਸਾਬ ਦੇ ਨਾਲ ਅਗਰ ਪਾਤਾ ਤਾਂ ਨਾਲ ਦੇ ਨਾਲ ਮੈਨੂੰ ਫੋਨ ਆਉਣੇ ਸ਼ੁਰੂ ਹੋ ਜਾਂਦੇ ਨੇ ਕੀ ਗੱਲ ਸਿੰਘ ਸਾਹਿਬ, ਕਿ ਮਿਸ਼ਨਰੀਆਂ ਦੇ ਨਾਲ ਅੱਜ ਕੱਲ੍ਹ ਜ਼ਿਆਦਾ ਉੱਠਣਾ ਬਹਿਣਾ ਹੋ ਗਿਆ। ਪਿੱਛੇ ਇਹ ਤਾਂ ਹੱਦ ਹੀ ਹੋ ਗਈ ਸੀ, ਕਿਸੇ ਕੋਈ ਸਿੰਘ ਬਾਹਰੋਂ ਆਏ ਹੋਏ ਸੀ ਵਿਦੇਸ਼ ਤੋਂ, ਉਹਨਾਂ ਨੇ ਘਰੇ ਬੁਲਾਇਆ, ਸਭ ਆਪਣੇ ਘਰੇ ਗਏ, ਮੈਂ ਦਸਤਾਰ ਨਹੀਂ ਸੀ ਸਜਾਈ ਹੋਈ, ਉਹਨਾਂ ਦੀ ਜਿਹੜਾ ਵੀਰ ਸੀ ਉਹਨਾਂ ਸਿੰਘਣੀ ਕਹਿੰਦੀ ਕਿ ਮੈਂ ਰੁਮਾਲ ਬੰਨ ਰਿਹਾ ਸੀ, ਕਹਿੰਦੀ ਮੈਂ ਵੀਰ ਜੀ ਤੁਹਾਡੇ ਦਸਤਾਰ ਬੰਨਦਾ, ਮੈਂ ਮਨਾ ਨਹੀਂ ਕੀਤਾ, ਮੈਂ ਕਿਹਾ ਬੰਨ ਦੋ, ਅਤੇ ਰੁਮਾਲ ਉੱਥੇ ਆਈ ਥਿੰਕ ਬਲੂ ਕਲਰ ਦਾ ਕੱਪੜਾ ਪਿਆ ਸੀ, ਉਹਨਾਂ ਨੇ ਉਹ ਚੱਕਿਆ, ਚੱਕ ਕੇ ਦਸਤਾਰ ਮੇਰੇ ਬੰਨਣੀ ਸ਼ੁਰੂ ਕੀਤੀ, ਲਪੇਟਤਾ, ਦੁਮਾਲੇ ਵਾਂਗੂ ਉਹਨੇ ਬੰਨੀ। ਮੈਂ ਪੂਰਾ ਸ਼ੋਅ ਉਹਦੇ ਵਿੱਚੋਂ ਕੀਤਾ, ਗੱਲਬਾਤ ਕੀਤੀ, ਡਿਸਕਸ਼ਨ ਕਰਨ ਵਾਸਤੇ ਕੋਈ ਸ਼ੋਅ ਕੀਤਾ, ਸ਼ੋਅ ਮੈਂ ਜਿੱਦਾਂ ਹੀ ਯੂਟਿਊਬ ਦੇ ਉੱਤੇ ਪਾਇਆ ਅਤੇ ਮੈਨੂੰ ਨਾਲ ਦੀ ਨਾਲ ਫੋਨ ਅੱਗੇ ਕਿਹਾ ਕੀ ਗੱਲ, ਅੱਜ ਤੋਂ ਹੁਣ ਤੁਸੀਂ ਨੀਲਧਾਰੀ ਬਣ ਗਏ। ਸਾਡੀ ਸੋਚ ਇੱਥੇ ਹੈ, ਅਸੀਂ ਦਸਤਾਰਾਂ ਦੇ ਰੰਗ ਦੇਖ ਕੇ ਇਹ ਕਹਿਣ ਲੱਗ ਪਏ ਹਾਂ ਕਿ ਇਹ ਕਿਹੜੀ ਜਥੇਬੰਦੀ ਤੋਂ ਬਿਲੋਂਗ ਕਰਦਾ ਹੋਊਗਾ। ਸਿੱਖ ਦੀ ਕੋਈ ਜਥੇਬੰਦੀ ਨਹੀਂ ਹੈਗੀ, ਸਿੱਖ ਦੀ ਸਿਰਫ ਇੱਕ ਜਥੇਬੰਦੀ ਹੈ, ਉਹ ਅਕਾਲ ਪੁਰਖ, ਉਹਦਾ ਇੱਕ ਗੁਰੂ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਹੁਣ ਅਗਰ ਤੁਸੀਂ ਸਿਰਫ ਜੋੜੇ ਦੇਖਣੇ ਆ, ਪਾਏ ਹੋਏ ਕਤਰੇ ਦੇਖਣੇ ਆ, ਦਸਤਾਰਾਂ ਦੇ ਰੰਗ ਵੇਖਣੇ ਆ, ਤਾਂ ਫਿਰ ਮੈਂ ਇਹੀ ਕਹੂੰਗਾ ਕਿ ਤੁਸੀਂ ਭੇਡਾਂ ਦੇ ਉਸ ਇੱਜੜ ਦੇ ਨਾਲ ਤੁਰ ਰਹੇ ਹੋ ਜਿਹਨਾਂ ਨੂੰ ਦੂਜਿਆਂ ਤੋਂ ਕੋਈ ਵਾਹ ਵਾਸਤਾ ਨਹੀਂ, ਲੋਕ ਭਲਾਈ ਨਾਲ ਕੋਈ ਲੈਣਾ ਦੇਣਾ ਨਹੀਂ, ਜਿਹਨਾਂ ਨੇ ਸਿਰਫ ਆਪ ਭਲਾਈ ਦੇਖਣੀ ਆ, ਵੱਡੇ ਵੱਡੇ ਡੇਰੇ ਬਣਾ ਕੇ ਉਹ ਬੈਠੇ ਹੋਏ ਨੇ, ਵੱਡੀਆਂ ਵੱਡੀਆਂ ਜਥੇਬੰਦੀਆਂ ਖੜੀਆਂ ਕਰਕੇ ਬੈਠੇ ਨੇ, ਪਰ ਉਹ ਸਰਬੱਤ ਦਾ ਭਲਾ ਨਹੀਂ ਚਾਹੁੰਦੇ, ਉਹ ਆਪਣਾ ਭਲਾ ਪਹਿਲਾਂ ਚਾਹੁੰਦੇ ਨੇ, ਉਹ ਤੁਸੀਂ ਪ੍ਰੈਕਟੀਕਲੀ ਵੇਖਿਆ ਵੀ ਹੋਏਗਾ। ਚਾਹੇ ਕਿਸੇ ਬੀਬੀ ਦੀ ਪੱਤ ਲੁੱਟੀ ਗਈ ਹੋਵੇ, ਕਿਸੇ ਨੂੰ ਕੁੱਟਿਆ ਗਿਆ ਹੋਵੇ ਸੜਕ ਦੇ ਉੱਤੇ, ਕੋਈ ਨਹੀਂ ਆਏ ਖੜਾ ਹੁੰਦਾ, ਬਹੁਤ ਜਾਣਿਆਂ ਨੂੰ ਬਹੁਤ ਸਾਰੇ ਸਿੰਘ ਆ ਕੇ ਸਾਰ ਲੈ ਕੇ ਜਾਂਦੇ ਨੇ, ਅਤੇ ਸਤਿਕਾਰ ਕਮੇਟੀ ਤੋਂ ਵੀ ਸਿੰਘ ਆਏ ਸੀ। ਪਰ ਅੱਜ ਦੇ ਟਾਈਮ ਦੇ ਵਿੱਚ ਸੋਸ਼ਲ ਮੀਡੀਆ 'ਚ ਮੈਂ ਫਿਰ ਤੋਂ ਕਹਾਂਗਾ ਕਿ ਜ਼ਿਆਦਾਤਰ ਲੋਕ ਉਹ ਨੇ ਜੋ ਅਜਿਹੇ ਮੌਕਿਆਂ ਦਾ ਵੀ ਫਾਇਦਾ ਸਿਰਫ ਲਾਈਮਲਾਈਟ ਵਾਸਤੇ ਚੱਕਦੇ, ਜਿਹਨਾਂ ਨੂੰ ਪਤਾ ਹੈ ਵੀ ਹਾਂ ਅਗਰ ਉੱਥੇ ਬੱਚਾ ਅਗਰ ਡਿੱਗਿਆ ਆ, ਇੰਨੀ ਭੀੜ ਉੱਥੇ ਇਕੱਠੀ ਹੋ ਗਈ, ਇੰਨਾ ਮੀਡੀਆ ਪਹੁੰਚ ਗਿਆ, ਤਾਂ ਹੁਣ ਅਸੀਂ ਵੀ ਪਹੁੰਚੀਏ, ਸ਼ਾਇਦ ਕਿਤੇ ਸਾਨੂੰ ਵੀ ਕਵਰੇਜ ਮਿਲ ਜਾਵੇ। ਇਹ ਕੁਝ ਕੌੜੇ ਸੱਚ ਨੇ, ਬਹੁਤ ਜਾਣਿਆਂ ਨੂੰ ਅਜੇ ਵੀ ਇਹ ਚੀਜ਼ ਬੁਰੀ ਲੱਗ ਰਹੀ ਹੋਊਗੀ ਮੈਂ ਬੋਲ ਰਿਹਾ ਹਾਂ, ਪਰ ਇਹ ਕੌੜੇ ਸੱਚ ਨੇ। ਗੁਰੂ ਹਜ਼ੂਰੀ ਵਿੱਚ ਖੜਿਆ ਤਾਂ ਇਹ ਕੌੜੇ ਸੱਚ ਬੋਲਣੇ ਮੇਰਾ ਫਰਜ਼ ਬਣਦਾ, ਕਿਉਂਕਿ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ ਕਿਹਾ ਜਾਂਦਾ ਹੈ, ਅਤੇ ਇਹ ਚੌਥਾ ਥੰਮ ਜਿਹੜਾ ਆ ਉਹ ਅੱਜ ਬਹੁਤ ਕਮਜ਼ੋਰ ਹੋ ਚੁੱਕਿਆ ਹੈ, ਕਿਉਂਕਿ ਉਹ ਬਹੁਤ ਵੱਡੇ ਵੱਡੇ ਅਦਾਰੇ ਅਜਿਹੇ ਨੇ ਜਿਹਨਾਂ ਉੱਤੇ ਭਗਵਿਆਂ ਏਜੰਡਿਆਂ ਦੇ ਜਿਹੜੇ ਠੱਪੇ ਨੇ ਉਹ ਲੱਗੇ ਹੋਏ ਨੇ। ਮੈਂ ਸਿੰਪਲੀ ਇੱਕ ਚੀਜ਼ ਕਹਾਂਗਾ,
ਕਿ ਬਹੁਤ ਸਾਰੇ ਤੁਸੀਂ ਨਿਊਜ਼ ਚੈਨਲਸ ਉੱਤੇ ਜਾਂ ਸੋਸ਼ਲ ਮੀਡੀਆ ਉੱਤੇ ਦੇਖਿਆ ਹੋਊਗਾ ਕਿ RSS ਵੱਲੋਂ ਪਿੰਡਾਂ ਦੇ ਵਿੱਚ ਕੈਂਪ ਚਲਾਏ ਜਾ ਰਹੇ ਨੇ, ਬੱਚਿਆਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਸਾਡੇ ਹਿਸਾਬ ਦੇ ਨਾਲ ਪ੍ਰਚਾਰ ਪ੍ਰਸਾਰ ਕਰੋ, RSS ਉਹਨਾਂ ਨੂੰ 1,000-2,000 ਰੁਪਇਆ ਪੇ ਵੀ ਕਰ ਰਹੀ ਹੈ, ਕੁਛ ਇੱਦਾਂ ਦਾ ਆਇਆ ਸੀ ਨਿਊਜ਼ ਦੇ ਵਿੱਚ ਹੀ ਪਿਆ ਹੋਇਆ, 2-4 ਚੈਨਲਸ ਹੈਗੇ ਨੇ ਜਿਹੜੇ ਨੇ ਪਬਲਿਸ਼ ਕੀਤਾ। ਅਸੀਂ ਆਪਣੇ ਵੱਲੋਂ ਆਪਣੀ ਮੈਂ ਚੈਨਲ ਵੱਲੋਂ ਇਹ ਗੱਲ ਕਹਿਣਾ ਕਿ ਜੇਕਰ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਵੀ ਪਿੰਡ ਤੋਂ ਤੁਸੀਂ ਬਿਲੋਂਗ ਕਰਦੇ ਚੰਗੇ ਪ੍ਰਚਾਰਕ ਹੈ ਨੇ, ਤੁਸੀਂ ਆਪਣੇ ਬੱਚਿਆਂ ਨੂੰ ਡਿਊਟੀ ਲਗਾਓ, ਹਫ਼ਤੇ ਦੇ ਵਿੱਚ 2 ਦਿਨ, 3 ਦਿਨ, 4 ਦਿਨ ਨਰੋਲ ਗੁਰਮਤੀਆਂ ਕਲਾਸਿਸ ਆਪਣੇ ਗੁਰੂ ਘਰ ਦੇ ਵਿੱਚ ਦਿਓ, ਕੀਰਤਨ ਜਿਹਨਾਂ ਨੂੰ ਆਉਂਦਾ ਉਹਨਾਂ ਕੋਲ ਕੀਰਤਨ ਦੀਆਂ ਕਲਾਸਿਸ ਦਿਓ, ਉਹ ਵੇਰਵਾ ਤੁਸੀਂ ਕੋਟ ਭਾਈ ਜੀ ਨੂੰ ਦਿਓ, ਨਹੀਂ ਤਾਂ ਸਾਨੂੰ ਦਿਓ, ਉਹਨਾਂ ਬੱਚਿਆਂ ਨੂੰ ਅਸੀਂ ਆਪ ਪੇ ਕਰਾਂਗੇ। ਵਿਦੇਸ਼ਾਂ ਦੇ ਵਿੱਚ ਸਿੰਘ ਬੈਠੇ ਹੋਏ ਨੇ, ਉਹ ਬਿਲਕੁਲ ਤਿਆਰ ਨੇ ਕਿ ਅਸੀਂ ਮਦਦ ਕਰਨ ਨੂੰ ਤਿਆਰ ਹਾਂ, ਅਸੀਂ ਸਾਰ ਲੈਣ ਨੂੰ ਤਿਆਰ ਹਾਂ। ਮੈਂ ਸਿੰਪਲ ਇੱਕ ਗੱਲ ਕਹਿਣਾ, ਵਿਦੇਸ਼ਾਂ ਦੇ ਵਿੱਚ ਜਿੰਨੇ NRIs ਬੈਠੇ ਨੇ, ਅਗਰ ਉਹ ਸਿਰਫ ਇਹ ਜ਼ਿੰਮੇਵਾਰੀ ਚੱਕ ਲੈਣ ਨਾ ਕਿ ਅਸੀਂ ਆਪਣੇ ਪਿੰਡ ਦਾ ਗ੍ਰੰਥੀ ਜਿਹੜਾ ਉਹ ਕਿਸੇ ਪਾਸੇ ਔਖਾ ਨਹੀਂ ਰਹਿਣ ਦੇਣਾ, ਤਾਂ ਗ੍ਰੰਥੀ ਦਾ ਸਿਰਫ ਫੋਕਸ ਹੋਊਗਾ ਆਪਣੇ ਗੁਰਮਤ ਵੱਲ, ਗੁਰਮਤ ਦੇ ਗਿਆਨ ਵੱਲ, ਠੀਕ ਹੈ, ਪ੍ਰਚਾਰ ਪ੍ਰਸਾਰ ਵੱਲ। ਪਰ ਅੱਜ ਗ੍ਰੰਥੀ ਕਿੱਥੇ ਆ ਕੇ ਮਾਰ ਖਾਂਦਾ ਹੈ? ਇੱਕ ਪਾਸੇ ਤਾਂ ਉਹਨੇ ਸਵੇਰੇ ਉੱਠ ਕੇ ਪ੍ਰਕਾਸ਼ ਕਰਨਾ ਹੈ, ਸਾਰਾ ਦਿਨ ਗੁਰੂ ਸਾਹਿਬ ਦੀ ਸੇਵਾ ਕਰਨੀ ਹੈ, ਉਸ ਤੋਂ ਬਾਅਦ ਪ੍ਰਧਾਨਗੀਆਂ ਦੇ ਵੀ ਉਹਨੇ ਜਿਹੜੇ ਤਾਨੇ ਹੈਗੇ ਨੇ ਉਹ ਸੁਣਨੇ ਨੇ, ਉਸ ਤੋਂ ਬਾਅਦ ਉਹਨੂੰ ਟੈਨਸ਼ਨ ਰਹਿਣੀ ਬੱਚਿਆਂ ਦੀ ਮੇਰੀ ਫੀਸ ਭਰੀ ਜਾਣੀ ਹੈ ਨਹੀਂ ਭਰੀ ਜਾਣੀ। ਹੁਣ ਤੁਸੀਂ ਇਹ ਸੋਚੋ ਉੱਧਰਲੇ ਪਾਸੇ ਅਸੀਂ ਦੇਖਦੇ ਹਾਂ, ਅਗਰ ਈਸਾਈ ਕਮਿਊਨਿਟੀ ਵੱਲ ਨਜ਼ਰ ਮਾਰਦੇ ਹਾਂ ਜਾਂ ਹੋਰ ਕਮਿਊਨਿਟੀਜ਼ ਵੱਲ ਨਜ਼ਰ ਮਾਰਦੇ ਸੀ, ਕਹਿੰਦੇ ਉਹਨਾਂ ਦਾ ਪ੍ਰਚਾਰ ਪ੍ਰਸਾਰ ਬੜਾ ਚੰਗਾ, ਪਰ ਉਹ ਆਪਣੇ ਪ੍ਰਚਾਰਕਾਂ ਨੂੰ ਕਿਸੇ ਪਾਸੋਂ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੰਦੇ। ਉਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਪ੍ਰਚਾਰਕ ਸ਼੍ਰੇਣੀ ਸਾਂਭੀ ਹੈ, ਕਿਉਂਕਿ ਸਾਡੀ ਰੀੜ੍ਹ ਦੀ ਹੱਡੀ ਸਾਡੀ ਪ੍ਰਚਾਰਕ ਸ਼੍ਰੇਣੀ ਹੈ। ਜੇਕਰ ਸਾਡੀ ਪ੍ਰਚਾਰਕ ਸ਼੍ਰੇਣੀ ਨੂੰ ਭੁਣ ਲੱਗ ਗਿਆ, ਕਿਸੇ ਪਾਸਿਓਂ ਉਹ ਤਿੜਕਣੀ ਸ਼ੁਰੂ ਹੋ ਗਈ, ਤਾਂ ਇਹ ਕੌਮ ਮੂੰਹ 'ਤੇ ਮੂੰਹ ਡਿੱਗਣੀ ਹੈ, ਜੋ ਇਹ ਡਿੱਗਣ ਦੇ ਕਗਾਰ 'ਤੇ ਹੈਗੀ ਹੈ। ਕਿਉਂਕਿ ਜਿਹੜੀ SGPC ਹੈ, ਜਿਹੜੀਆਂ ਸਰਮੋਰ ਜਥੇਬੰਦੀਆਂ ਵੱਲ ਤੁਸੀਂ ਨਜ਼ਰ ਚੱਕ ਕੇ ਦੇਖਦੇ ਹੋ ਜਾਂ ਸੋਚਦੇ ਹੋ ਇਹ ਸਹਾਰਾ ਬਣਨਗੀਆਂ, ਜਾਂ ਇਹਨਾਂ ਨੇ ਆ ਕੇ ਕਿਸੇ ਗਿਰੇ ਹੋਏ ਸਿੱਖ ਦੀ ਸਹਾਇਤਾ ਕਰਨੀ ਹੈ ਜਾਂ ਉਹਦਾ ਸਹਾਰਾ ਬਣਨਾ, ਤਾਂ ਇਹ ਤੁਹਾਡੀ ਸਾਰਿਆਂ ਦੀ ਬਹੁਤ ਵੱਡੀ ਗਲਤ ਫਹਿਮੀ ਹੈ। ਕਿਉਂਕਿ ਅਕਾਲੀ ਫੂਲਾ ਸਿੰਘ ਵਰਗਾ ਦੁਆਰਾ ਤੋਂ ਉਸ ਤਖ਼ਤ 'ਤੇ ਆ ਕੇ ਬੈਠੂਗਾ ਨਹੀਂ ਬੈਠੂਗਾ ਇਹ ਪਰਮਾਤਮਾ ਜਾਣੇ, ਪਰ ਇਸ ਵੇਲੇ ਜਿਹੜੇ ਬੈਠੇ ਹੋਏ ਨੇ ਉਹ ਸਾਰੇ ਮਰੀਆਂ ਜ਼ਮੀਰਾਂ ਵਾਲੇ ਨੇ, ਕਿਉਂਕਿ ਸਾਰਿਆਂ ਦੇ ਸਾਹਮਣੇ ਜੱਗ ਜ਼ਾਹਿਰ ਹੈ। ਜਿਹੜਾ ਇਨਸਾਨ 5 ਪਿਆਰਿਆਂ ਨੂੰ ਤਲਬ ਕਰਵਾ ਸਕਦਾ ਹੈ, ਜਿਹੜਾ ਇਨਸਾਨ ਜਥੇਦਾਰ ਰਾਤੋ ਰਾਤ ਬਦਲਵਾ ਸਕਦਾ ਹੈ, ਜਿਹੜਾ ਇਨਸਾਨ ਲਿਫਾਫੇ ਵਿੱਚ ਨਾਮ ਲਿਖ ਕੇ ਭੇਜ ਸਕਦਾ ਕਿ ਸਵੇਰੇ ਅਕਾਲ ਤਖ਼ਤ 'ਤੇ ਆਹ ਜਥੇਦਾਰ ਬੈਠਿਆ ਹੋਊਗਾ, ਇਟ ਮੀਨਸ ਉਹ ਸਾਡਾ ਹੁਣ ਅਕਾਲ ਤਖ਼ਤ ਨਹੀਂ ਰਿਹਾ, ਠੀਕ ਹੈ, ਉਹਦਾ ਅਸੀਂ ਮਾਨ ਸਨਮਾਨ ਕਰਦੇ ਹਾਂ, ਕਿਉਂਕਿ ਉਹ ਤਖ਼ਤ ਮਹਾਨ ਸੀ, ਹੈ, ਰਹੇਗਾ। ਪਰ ਹਾਂ, ਮੱਸਾ ਰੰਗੜ ਵਰਗਿਆਂ ਦੇ ਵਿੱਚ ਸਿਰ ਵੱਡੇ ਸੀ, ਉਹ ਵੀ ਉੱਥੇ ਹੀ ਆ ਕੇ ਸਭ ਕਰਕੇ ਗਏ ਸੀ। ਹੁਣ ਇੱਕ ਵਾਰ ਫਿਰ ਤੋਂ ਸਮਾਂ ਆ ਗਿਆ ਆ ਕਿ ਅੱਗੇ ਆਉਣਾ ਪੈਣਾ ਹੈ। ਕਹਿੰਦੇ ਨੇ ਕੁਰਬਾਨੀਆਂ ਤੋਂ ਬਾਅਦ ਇੱਕ ਨਵੀਂ ਸਵੇਰ ਹੁੰਦੀ ਹੈ, ਹੁਣ ਇੱਕ ਵਾਰ ਤਰਾਸਦੀ ਫਿਰ ਤੋਂ ਬਹੁਤ ਜ਼ਿਆਦਾ ਆਈ ਪਈ ਹੈ। ਬਜ਼ੁਰਗ ਆਮ ਕਹਿੰਦੇ ਨੇ ਕਲਯੁੱਗ ਦਾ ਘੋੜ ਹੀ ਜ਼ੋਰ ਚੱਲਦਾ ਪਿਆ ਆ, ਇਸ ਕਾਲਯੁੱਗ 'ਚੋਂ ਅਗਰ ਨਿਕਲਣਾ ਤਾਂ ਸਿਰਫ ਸਿੱਖ ਵੀਰਾਂ ਵਾਸਤੇ ਨਹੀਂ ਹੈ, ਘੱਟ ਗਿਣਤੀਆਂ ਵਾਸਤੇ ਨਹੀਂ ਹੈ। ਇਹ ਸਿੰਪਲ ਜੀ ਚੀਜ਼ ਹੈ ਕਿ ਹੁਣ ਪੰਜਾਬ ਨਹੀਂ ਪੂਰੇ ਭਾਰਤ ਦੇ ਵਿੱਚ ਇੱਕ ਸਟ੍ਰੈਟੇਜੀ ਬਣ ਗਈ, ਜਿਹੜਾ ਅਮੀਰ ਆ ਉਹ ਅਮੀਰ ਹੈ ਅਤੇ ਜਿਹੜਾ ਗਰੀਬ ਆ ਉਹ ਗਰੀਬ ਹੈ, ਜਿਹੜਾ ਮਿਡੀਓਕਰ ਹੈਗਾ ਹੈ ਉਹ ਦੋਨਾਂ ਦੇ ਵਿੱਚ ਉਲਝ ਕੇ ਰਹਿ ਗਿਆ ਹੈ, ਕਿਉਂਕਿ ਗੁਰੂ ਘਰ ਦੇ ਵਿੱਚ ਸੇਵਾਵਾਂ ਕਰਨ ਵਾਸਤੇ ਮਿਡੀਓਕਰ ਹੀ ਆਉਂਦੇ ਨੇ। ਕੋਈ ਤੁਹਾਨੂੰ ਬਹੁਤ ਰਿਚੈਸਟ ਪਰਸਨਸ ਦੇ ਵਿੱਚੋਂ 1-2% ਹੋਣਗੇ ਜਿਹੜੇ ਦਿਲੋਂ ਆ ਕੇ ਸੇਵਾ ਕਰਕੇ ਜਾਂਦੇ ਨੇ, ਉਹ ਵੀ ਸਿਰਫ ਉਹ ਹੋਣਗੇ ਜਿਹੜੇ ਇਮਾਨਦਾਰੀ ਦੀ ਅਤੇ ਸੱਚਾਈ ਦੇ ਨਾਲ ਉੱਥੇ ਉਸ ਮੁਕਾਮ ਤੱਕ ਪਹੁੰਚੇ। ਜਿਹਨਾਂ ਨੇ 2 ਨੰਬਰ ਦੀ ਕਮਾਈ ਕਰਕੇ ਕਮਾਇਆ ਆ, ਉਹਨਾਂ ਵਿੱਚੋਂ ਕੋਈ ਵੀ ਆ ਕੇ ਆਪਣਾ ਪੈਸਾ ਦਾਨ ਪੁੰਨ ਦੇ ਵਿੱਚ ਕਦੀ ਨਹੀਂ ਲਾਉਂਦਾ। ਇਸ ਲਈ ਮੈਂ ਅੰਤ ਦੇ ਵਿੱਚ ਇੱਕੋ ਹੀ ਗੱਲ ਕਹਾਂਗਾ, ਪਰਮਾਤਮਾ ਨੇ ਤੁਹਾਨੂੰ ਜਿੱਥੇ ਵੀ ਰੱਖਿਆ ਹੈ, ਜਿਸ ਵੀ ਕੁਰਸੀ ਉੱਤੇ ਤੁਸੀਂ ਬੈਠੇ,
ਚਾਹੇ ਤੁਸੀਂ ਸਰਕਾਰੀ ਅਹੁਦੇ 'ਤੇ ਵਿਰਾਜਮਾਨ ਹੋ, ਚਾਹੇ ਤੁਸੀਂ ਕਿਸੇ ਪ੍ਰਾਈਵੇਟ ਅਹੁਦੇ 'ਤੇ ਵਿਰਾਜਮਾਨ ਹੋ, ਚਾਹੇ ਤੁਸੀਂ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋ, ਚਾਹੇ ਤੁਸੀਂ ਕਿਸੇ ਧਾਰਮਿਕ ਜਥੇਬੰਦੀ ਨਾਲ ਜੁੜੇ ਹੋ, ਜੇਕਰ ਇਨਸਾਨ ਤੁਹਾਡੇ 'ਤੇ ਭਰੋਸਾ ਕਰਦਾ ਹੈ ਤਾਂ ਉਹਦਾ ਭਰੋਸਾ ਕਦੀ ਨਾ ਤੋੜੋ, ਅਤੇ ਜੇ ਅਸੀਂ ਕੁਰਸੀ 'ਤੇ ਬੈਠੇ ਹੋ ਸੱਚਾਈ ਅਤੇ ਇਮਾਨਦਾਰੀ ਦੇ ਨਾਲ ਆਪਣਾ ਫਰਜ਼ ਨਿਭਾਓ, ਆਪਣੇ ਨਿੱਜ ਤਿਆਗ ਕੇ ਕਾਰਜ ਕਰੋ, ਕਿਉਂਕਿ ਪਰਮਾਤਮਾ ਸਭ ਦੇਖ ਰਿਹਾ ਆ। ਅਸੀਂ ਅਗਰ ਕਿਸੇ ਦੇ ਮਾਪੇ ਹਾਂ, ਸਾਨੂੰ ਪਤਾ ਸਾਡੇ ਬੱਚਿਆਂ ਨੂੰ ਛੋਟਿਆਂ ਨੂੰ ਕੀ ਚਾਹੀਦਾ ਆ, ਅਸੀਂ ਉਹਨਾਂ ਦੇ ਮੰਗਣ ਤੋਂ ਪਹਿਲਾਂ ਉਹਨਾਂ ਦੇ ਸਾਹਮਣੇ ਰੱਖ ਦਿੰਦੇ ਹਾਂ ਨਾ, ਤਾਂ ਸਾਡਾ ਜਿਹੜਾ ਪੇ ਉੱਤੇ ਬੈਠਾ ਹੈ ਉਹ ਸਾਰਿਆਂ 'ਤੇ ਨਜ਼ਰ ਬਣਾ ਕੇ ਬੈਠਾ ਹੈ। ਅਤੇ ਬਿਨਾਂ ਨਿੱਜ ਤੋਂ ਜਿੱਦਣ ਤੁਸੀਂ ਅੰਦਰ ਸੋਚ ਲਿਆ ਨਾ ਮੈਨੂੰ ਆਹ ਚੀਜ਼ ਦੀ ਘਾਟ ਆ, ਤਾਂ ਤੁਹਾਡੇ ਪੇ ਨੇ ਤੁਹਾਡੇ ਸਾਹਮਣੇ ਉਹ ਚੀਜ਼ ਰੱਖ ਦੇਣਾ। ਬਸ ਫਰਕ ਇਹ ਹੈ ਕਿ ਇਸ ਚੀਜ਼ ਨੂੰ ਅਸੀਂ ਕਦੀ ਅਜ਼ਮਾ ਕੇ ਦੇਖਦੇ ਨਹੀਂ। ਮੈਂ ਸੀਰੀਅਸਲੀ ਦੱਸਾਂ, ਮੈਂ ਇਹ ਚੀਜ਼ ਬਹੁਤ ਵਾਰ, ਇੱਕ ਵਾਰੀ ਬਹੁਤ ਵਾਰ ਅਜ਼ਮਾਈ। ਮੈਂ ਪਰਮਾਤਮਾ ਤੋਂ ਕਦੀ ਅੱਜ ਤੱਕ ਕੁਛ ਨਹੀਂ ਮੰਗਿਆ, ਪਰਮਾਤਮਾ ਨੇ ਮੈਨੂੰ ਸਭ ਕੁਛ ਦਿੱਤਾ, ਕਿਸੇ ਚੀਜ਼ ਦੀ ਘਾਟ ਨਹੀਂ। ਮੇਰੀ ਪੂਰੀ ਫੈਮਿਲੀ ਅਮਰੀਕਾ ਸੈਟਲ, ਪੂਰੇ ਪਰਿਵਾਰ 'ਚੋਂ ਮੈਂ ਇਕੱਲਾ ਆਇਆ ਜਿਹੜਾ ਪੰਜਾਬ ਦੇ ਵਿੱਚ ਰਹਿੰਦਾ, ਅਤੇ ਮੇਰੇ ਮਾਪੇ ਅੱਜ ਤੱਕ ਮੈਨੂੰ ਡਾਂਟਦੇ ਵੀ ਨੇ, ਗਾਲਾਂ ਵੀ ਕੱਢਦੇ ਨੇ ਕਿ ਅਸੀਂ ਸਾਰੇ ਸਿਟੀਜ਼ਨ ਬਣ ਗਏ ਹਾਂ, ਤੂੰ ਬਾਹਰ ਵਾਸਤੇ PR ਕਿਉਂ ਨਹੀਂ ਅਪਲਾਈ ਕਰਦਾ। ਮੇਰੀ ਸਿਰਫ ਇੱਕ ਸੋਚ ਹੈ ਕਿ ਅਸੀਂ ਪੰਜਾਬ ਨੂੰ, ਇੰਡੀਆ ਨੂੰ ਗੰਦ ਕਹਿ ਕੇ ਕਿ ਉਰੇ ਕਰਪਸ਼ਨ ਬਹੁਤ ਹੈ, ਲੋਕਾਂ ਦੀ ਸੋਚ ਬੜੀ ਗੰਦੀ ਹੈ, ਉਰੇ ਪੋਲੀਟੀਸ਼ੀਅਨਸ ਹੋ ਗਏ ਜਾਂ ਸਾਡੇ ਤਖ਼ਤ ਹੋ ਗਏ, ਉਹਨਾਂ ਦਾ ਹਿਸਾਬ ਕਿਤਾਬ ਬਦਲ ਦਿੱਤਾ ਗਿਆ ਆ, ਮੀਰੀ ਅਤੇ ਪੀਰ ਦਾ ਸਿਧਾਂਤ ਬਦਲ ਦਿੱਤਾ ਗਿਆ ਆ, ਠੀਕ ਹੈ, ਅਸੀਂ ਇਸ ਦਲਦਲ 'ਚ ਨਹੀਂ ਰਹਿਣਾ, ਅਸੀਂ ਬਾਹਰ ਜਾ ਕੇ ਅਮੈਰੀਕਾ ਕੈਨੇਡਾ ਸੈਟਲਡ ਹੋ ਕੇ ਵਧੀਆ ਤਰੀਕੇ ਨਾਲ ਜ਼ਿੰਦਗੀ ਬਿਤਾ। ਹੁਣ ਮੈਂ ਸਿੰਪਲ ਇੱਕ ਚੀਜ਼ ਕਹਿਣਾ, ਤੁਹਾਡੀ ਮਾਂ ਦੀ ਚੁੰਨੀ ਦੇ ਉੱਤੇ ਕੋਈ ਅਗਰ ਦਾਗ ਪਾ ਦੇਵੇ, ਤੁਸੀਂ ਮਾਂ ਨੂੰ ਧੱਕਾ ਮਾਰ ਕੇ ਬਾਹਰ ਕੱਢ ਦੋਗੇ ਜਾਂ ਉਹ ਸਾਫ਼ ਕਰੋ? ਇਹ ਧਰਤੀ, ਇਹ ਪੰਜਾਬ ਮੇਰੀ ਮਾਂ ਹੈ, ਇਹਨੂੰ ਅਗਰ ਗੰਦਾ ਕੀਤਾ ਤਾਂ ਮੈਂ ਆਪਣੇ ਵੱਲੋਂ ਕੋਸ਼ਿਸ਼ ਇੱਕ ਕਰ ਰਹੇ ਹਾਂ ਕਿ ਸਾਫ਼ ਕਰਨ ਦੀ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਸਕੀਏ। ਉਹ ਹੋਰ ਗੱਲ ਹੈ, ਹੁੰਦਾ ਆ ਪੂਰਾ ਨਹੀਂ ਹੁੰਦਾ, ਪਰ ਇੰਨਾ ਮੇਰੀ ਆਤਮਾ ਨੂੰ ਜ਼ਰੂਰ ਸਕੂਨ ਰਹੂਗਾ ਮੇਰੇ ਜਾਣ ਤੋਂ ਬਾਅਦ ਕਿ ਮੈਂ ਆਪਣੇ ਵੱਲੋਂ ਇੱਕ ਕੋਸ਼ਿਸ਼ ਜ਼ਰੂਰ ਕੀਤੀ ਸੀ ਇਸ ਦਲਦਲ ਨੂੰ ਸਾਫ਼ ਕਰਨ ਦੀ। ਉਹ ਹੋਈ ਨਹੀਂ ਹੋਈ ਇਹ ਬਾਅਦ ਦੀ ਗੱਲ ਹੈ, ਸਾਡੀ ਸਭ ਤੋਂ ਵੱਡੀ ਕਮੀ ਇਹੀ ਰਹੀ ਹੈ ਕਿ ਅਸੀਂ ਕੋਸ਼ਿਸ਼ ਹੀ ਨਹੀਂ ਕਰਦੇ। ਅੱਜ ਕੋਟ ਭਾਈ ਨੇ ਕੋਸ਼ਿਸ਼ ਸ਼ੁਰੂ ਕੀਤੀ ਹੈ, ਉਮੀਦ ਕਰਦਾ ਕਿ ਤੁਸੀਂ ਸਾਰੇ ਇਸ ਕੋਸ਼ਿਸ਼ ਦੇ ਵਿੱਚ ਸਾਥ ਦਿਓਗੇ, ਕਿਉਂਕਿ ਤਰਾਸਦੀ ਜੋ ਹੈ ਉਹ ਸਾਨੂੰ ਕਿਸੇ ਪਾਸੇ ਤੋਂ ਖਤਮ ਕਰਨ ਦੀ ਸ਼ੁਰੂਆਤ ਕਰਨੀ ਪੈਣੀ ਹੈ। ਜੇਕਰ ਅਸੀਂ ਉਹ ਸ਼ੁਰੂਆਤ ਨਹੀਂ ਕਰਦੇ ਤਾਂ ਫਿਰ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪਿਆ ਹੋਏਗਾ, ਤਾਬਿਆਂ 'ਤੇ ਗ੍ਰੰਥੀ ਵੀ ਬੈਠਿਆ ਹੋਏਗਾ, ਪਰ ਪ੍ਰਚਾਰ ਜਿਹੜਾ ਹੋ ਰਿਹਾ ਹੋਊਗਾ ਬ੍ਰਾਹਮਣਵਾਦ ਦਾ ਹੋ ਰਿਹਾ ਹੋਊਗਾ। ਠੀਕ ਹੈ ਜੀ, ਇਹ ਜਿਹੜੀਆਂ ਚੀਜ਼ਾਂ ਨੇ ਇਹ ਅੰਦਰ ਖਾਤੇ ਸਾਰੇ ਹੌਲੀ 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 ਇੱਕ ਦੂਜੇ ਦੇ ਕੰਨਾਂ ਦੇ ਵਿੱਚ ਫਸਾਉਂਦੇ ਰਹਿੰਦੇ ਨੇ, ਕਹਿੰਦੇ ਰਹਿੰਦੇ ਨੇ ਕਿ RSS ਦੇ ਆਹ ਏਜੰਡੇ ਚੱਲ ਰਹੇ ਨੇ, ਸ਼ਿਵ ਸੈਨਾ ਦੇ ਆਹ ਏਜੰਡੇ ਚੱਲ ਰਹੇ ਨੇ, ਔਨ ਸਕਰੀਨ ਆ ਕੇ ਕੋਈ ਨਹੀਂ ਬੋਲਦਾ। ਠੀਕ ਹੈ ਜੀ, ਕੋਈ ਕਹਿੰਦਾ ਕਿ RSS 50 ਸਾਲ ਅੱਗੇ ਦੀ ਸੋਚਦੀ ਹੋਵੇ ਜਾਂ 300 ਸਾਲ ਅੱਗੇ ਦੀ ਸੋਚਦੀ ਹੈ। ਸਭ ਤੋਂ ਵੱਡੇ ਸਵਾਲ ਇਹ ਨੇ ਕਿ ਸਾਡੀ ਜਿਹੜੀ ਸਰਮੋਰ ਜਥੇਬੰਦੀ ਹੈ, ਅਗਰ SGPC ਦੀ ਅਸੀਂ ਗੱਲ ਕਰੀਏ ਤਾਂ 1984 ਦੇ ਵਿੱਚ ਸਿੱਖ ਰੈਫਰੈਂਸ ਲਾਇਬ੍ਰੇਰੀ, ਛੋਟੀ ਜਿਹੀ ਇੱਕ ਐਗਜ਼ਾਮਪਲ ਦੇ ਰਿਹਾ ਤੁਹਾਨੂੰ, ਸਿੱਖ ਰੈਫਰੈਂਸ ਲਾਇਬ੍ਰੇਰੀ ਤੁਹਾਨੂੰ ਪਤਾ ਜਿਹੜਾ ਸਾਡਾ ਅਨਮੋਲ ਖਜ਼ਾਨਾ ਸੀ ਸਿੱਖੀ ਦਾ। ਠੀਕ ਹੈ ਜੀ, 84 ਦੇ ਵਿੱਚ ਫੌਜ ਚੱਕ ਕੇ ਲੈ ਗਈ ਸੀ, ਉਸ ਤੋਂ ਬਾਅਦ 3 ਕਿਸ਼ਤਾਂ ਦੇ ਵਿੱਚ ਫੌਜ ਕਹਿੰਦੀ ਅਸੀਂ ਵਾਪਸ ਕਰਤੀ। ਜਦੋਂ ਇਹ ਚੀਜ਼ ਉਦੋਂ ਤੋਂ ਲੈ ਕੇ ਹੁਣ ਤੱਕ 35 ਸਾਲ ਹੋ ਗਏ, 35 ਸਾਲਾਂ ਦੇ ਵਿੱਚ ਇਹਨਾਂ ਨੂੰ ਕਿਸੇ ਨੂੰ ਖਿਆਲ ਨਹੀਂ ਆਇਆ ਕਿ ਸਾਡੀ ਸਿੱਖ ਰੈਫਰੈਂਸ ਲਾਇਬ੍ਰੇਰੀ ਕਿਹਦੇ ਹੈਂਡਓਵਰ ਕੀਤੀ ਗਈ ਸੀ, ਜਾਂ ਬਾਕੀ ਦੀ ਲਾਇਬ੍ਰੇਰੀ ਜਿਹੜੀ ਬਚੀ ਹੋਈ ਹੈ ਅਸੀਂ ਉਹ ਵਾਪਸ ਮੰਗਵਾਉਣੀ ਹੈ। ਠੀਕ ਹੈ ਜੀ, ਦੂਸਰੀ ਇਗਜ਼ੈਂਪਲ, 1984 ਤੋਂ ਬਾਅਦ ਇਹਨਾਂ ਨੇ ਜਿਹੜਾ ਕੇਸ ਫਾਈਲ ਕੀਤਾ ਸੀ, ਜੋ ਵੀ ਡਿਮੋਲਿਸ਼ਮੈਂਟ ਹੋਈ, ਜੋ ਵੀ ਉੱਥੇ ਘਾਣ ਹੋਇਆ ਦਰਬਾਰ ਸਾਹਿਬ, 14 ਦੇ ਵਿੱਚ ਉਹਦੀ ਫੀਸ ਪੇ ਕਰਕੇ ਉਸ ਕੇਸ ਦੀ ਪੈਰਵੀ ਕੀਤੀ ਗਈ, ਤਕਰੀਬਨ 23 ਸਾਲਾਂ ਬਾਅਦ, 23-24 ਸਾਲਾਂ ਬਾਅਦ। ਹੁਣ ਇਹ ਚੀਜ਼ ਹੈ ਕਿ ਜਦ ਸਾਡੇ ਘਰ ਦੇ ਉੱਤੇ ਹਮਲਾ ਹੋਇਆ ਅਸੀਂ ਉਹਦੀ ਪੈਰਵੀ ਨਹੀਂ ਕਰ ਸਕੇ, ਤਾਂ ਹੋਰ ਅਸੀਂ ਕਾਹਦੀ ਪੈਰਵੀ ਕਰਾਂਗੇ?
ਹੁਣ 35 ਸਾਲਾਂ ਬਾਅਦ ਯਾਦ ਕਿਉਂ ਆ ਰਿਹਾ? ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਹੁਣ ਮੈਸੇਜ ਵਾਇਰਲ ਹੋਣ ਲੱਗ ਪਏ ਕਿ ਫੌਜ ਨੇ ਲਾਇਬ੍ਰੇਰੀ ਵਾਪਸ ਕਰਤੀ ਸੀ, ਫੌਜ ਨੇ ਹੱਥ ਖੜੇ ਕਰਤੇ, ਤਾਂ ਹੁਣ ਪ੍ਰਧਾਨਾਂ ਤੋਂ ਲੈ ਕੇ ਜਥੇਦਾਰਾਂ ਤੱਕ ਤੋਂ ਸਾਰਿਆਂ ਦੇ ਵਿੱਚ ਹੁਣ ਭਾਜਣਾ ਪਈਆਂ ਨੇ ਕਿ ਹੁਣ ਜਵਾਬਦਾਰੀ ਦੇਣੀ ਪਊਗੀ, ਕਿਉਂਕਿ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਅਜਿਹੀਆਂ ਨੇ ਜਿਹੜੀਆਂ ਹੱਕ ਸੱਚ ਦੀ ਗੱਲ ਕਰਕੇ ਲੜਦੀਆਂ ਨੇ। ਜਸਵਿੰਦਰ ਸਿੰਘ ਜੀ ਰਾਜਪੁਰਾ ਬੈਠੇ ਹੋਏ ਨੇ, ਮੈਂ ਕਦੇ ਕਿਤੇ ਵੀ ਕੋਈ ਪ੍ਰੋਬਲਮ ਹੋਵੇ ਉਹਨਾਂ ਨੂੰ ਇੱਕ ਵਾਰ ਮੈਂ ਫੋਨ ਮਾਰਦਾ ਕਿ ਉੱਥੇ ਆਹ ਪ੍ਰੋਬਲਮ ਚੱਲ ਰਹੀ ਹੈ, ਸਿੰਘਾਂ ਦੇ ਨਾਲ ਆਹ ਚੀਜ਼ ਵਾਪਰੀ ਹੈ, ਉਹ ਪਹਿਲਾਂ ਪਹੁੰਚਦੇ ਨੇ ਉੱਥੇ। ਬਹੁਤ ਸਾਰੀਆਂ ਜਥੇਬੰਦੀਆਂ ਅਜਿਹੀਆਂ ਜਿਹੜੀ ਹੱਕ ਸੱਚ ਦੇ ਨਾਲ ਅੱਗੇ ਪਹੁੰਚ ਰਹੀਆਂ ਨੇ, ਅਤੇ ਉਹਨਾਂ ਨੂੰ ਪਤਾ ਕਿ ਹੁਣ ਕਿਤੇ ਨਾ ਕਿਤੇ ਗਲ 'ਚ ਅੰਗੂਠਾ ਦਿੱਤਾ ਜਾਵੇਗਾ। ਜਿਹੜੇ ਪਾੜ ਕੌਮ ਦੇ ਵਿੱਚ ਪਾਏ ਨੇ ਉਹ ਸਾਡੇ ਆਪਣਿਆਂ ਨੇ ਪਾਏ ਨੇ, ਅਤੇ ਚੋਲੇ ਪਾ ਕੇ ਚੋਲੇ ਵਾਲੇ ਮਸੰਦਾਂ ਨੇ ਪਾਏ। ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਂਦੀਆਂ ਨੇ, ਕਿਉਂਕਿ ਉਹ ਮੱਸਾ ਰੰਗੜ ਦਾ ਸਿਰ ਵੱਢਣਾ ਬਹੁਤ ਆਸਾਨ ਸੀ ਜਿਹੜਾ ਸਰੇਆਮ ਬੈਠਿਆ ਕੰਜਰੀਆਂ ਨਚਾਉਂਦਾ ਸੀ, ਪਰ ਉਹ ਮੱਸਾ ਰੰਗੜ ਲੱਭਣੇ ਅਤੇ ਉਹਨਾਂ ਦੇ ਸਿਰ ਵੱਢਣੇ ਬਹੁਤ ਔਖੇ ਨੇ ਜਿਹੜੇ ਚੋਲੇ ਪਾ ਕੇ ਕੌਮ ਦੇ ਅੰਦਰ ਵੜੀ ਬੈਠੇ। ਕਈ ਤਾਂ ਸਰੇਆਮ ਦਿਖ ਰਹੇ ਨੇ ਸਾਨੂੰ, ਪਰ ਉਹਨਾਂ ਦੀਆਂ ਅਹੁਦੇਦਾਰੀਆਂ ਕਰਕੇ, ਪ੍ਰਧਾਨਗੀਆਂ ਕਰਕੇ ਜਾਂ ਉਹਨਾਂ ਦੇ ਗੰਨਮੈਨਾਂ ਕਰਕੇ ਤੁਸੀਂ ਉਹਨਾਂ ਤੱਕ ਪਹੁੰਚ ਨਹੀਂ ਕਰ ਸਕਦੇ, ਪਰ ਸਾਨੂੰ ਕਿਸੇ ਵੀ ਮਾੜੇ ਪਾਸੇ ਨਾ ਜਾ ਕੇ ਹਰ ਚੀਜ਼ ਦਾ ਇੱਕ ਸਿੱਧਾ ਜ਼ਰੀਆ, ਇੱਕ ਸਿੱਧਾ ਤਰੀਕਾ ਹੁੰਦਾ ਹੈ। ਕਿਉਂਕਿ ਬਹੁਤ ਸਾਰੇ ਲੋਕ ਅਜਿਹੇ ਵੀ ਹੋਣਗੇ ਜਿਸ ਵੇਲੇ ਦੇਖ ਰਹੇ ਹੋਣਗੇ ਚੈਨਲ 'ਤੇ, ਉਹ ਚੀਜ਼ਾਂ ਨੂੰ ਗਲਤ ਰੁੱਖ 'ਤੇ ਲੈ ਜਾਂਦੇ। ਮੈਂ ਫਿਰ ਤੋਂ ਹੀ ਕਹਾਂਗਾ ਕਿ ਅਸੀਂ ਕੋਈ ਗਲਤ ਵੇ ਨਹੀਂ ਚੂਜ਼ ਕਰਨਾ, ਅਸੀਂ ਅਗਰ ਸਰਬੱਤ ਦਾ ਭਲਾ ਕਰਨਾ ਤਾਂ ਸਹੀ ਰਾਹ ਇਖਤਿਆਰ ਕਰਕੇ ਕਰਨਾ, ਸੱਚਾਈ ਇਮਾਨਦਾਰੀ ਦੇ ਨਾਲ ਕਰਨਾ, ਤਾਂ ਕਿ ਅਸੀਂ ਕਿਸੇ ਦਾ ਵਾਲ ਨਾ ਵਿੰਗਾ ਕਰੀਏ, ਪਰ ਹਾਂ ਆਪਣੀ ਗਰੀਮਤ ਉੱਤੇ, ਆਪਣੀ ਸੈਲਫ ਰਿਸਪੈਕਟ ਉੱਤੇ ਵੀ ਸੱਟ ਨਾ ਆਣ ਦੇਈਏ। ਇੱਕ ਗ੍ਰੰਥੀ ਸਿੰਘ ਜੋ ਤਾਬਿਆਂ 'ਤੇ ਬੈਠਦਾ ਹੈ, ਜੋ ਗੁਰੂ ਸਾਹਿਬ ਦਾ ਧਿਆਨ ਰੱਖਦਾ ਹੈ, ਬਾਬਾ ਬੁੱਢਾ ਜੀ ਦੇ ਬਰਾਬਰ ਹੈ, ਮੈਂ ਪਹਿਲਾਂ ਵੀ ਕਹਿੰਦਾ ਸੀ ਅੱਜ ਵੀ ਕਹਿੰਦਾ ਹਾਂ, ਮੈਨੂੰ ਸਾਹਮਣੇ ਕਹਿ ਦਿੰਦੇ ਨੇ ਬੜੇ ਜਾਣੇ ਫੋਨ ਕਰਕੇ, ਬਾਬਾ ਬੁੱਢਾ ਜੀ ਦੇ ਨਾਲ ਗ੍ਰੰਥੀ ਸਿੰਘ ਦਾ ਤੁਸੀਂ ਕਿੱਥੇ ਮੁਕਾਬਲਾ ਕਰਦੇ, ਉਹ ਕਿੱਥੇ, ਅਤੇ ਗ੍ਰੰਥੀ ਸਿੰਘ ਤਾਂ ਚਾਹ ਬਣਾਉਂਦੇ ਫਿਰਦੇ ਨੇ ਸਾਡੇ। ਮੈਨੂੰ ਫੋਨ ਆਉਂਦੇ ਨੇ ਸਾਹਮਣੇ ਜਦੋਂ ਮੈਂ ਸ਼ੋਜ਼ ਪਾਏ। ਮੈਂ ਸਿੰਪਲ ਇੱਕ ਚੀਜ਼ ਪੁੱਛਣਾ ਕਿ ਤੁਸੀਂ ਸਿਰਫ ਗ੍ਰੰਥੀ ਸਿੰਘ ਸਵੇਰੇ ਪ੍ਰਕਾਸ਼ ਕਰਨ ਵਾਸਤੇ ਰੱਖਿਆ ਜਾਂ ਰਾਤ ਨੂੰ ਸੁਖਾਸਨ ਕਰਨ ਵਾਸਤੇ ਰੱਖਿਆ ਜਾਂ ਡਾਲੀ ਲਿਆਉਣ ਵਾਸਤੇ ਰੱਖਿਆ? ਤਨਖਾਹ ਦੇ ਤਾਂ ਦਿੰਦੇ ਹਾਂ, ਰੈਜ਼ੀਡੈਂਸ ਦਿੱਤੀ ਹੋਈ ਹੈ, ਹੋਰ ਦੱਸੋ ਉਹਨੂੰ ਕੀ ਚਾਹੀਦਾ? ਇਹ ਜਿਹੜੀ ਸੋਚ ਹੈ ਨਾ, ਇਹ ਕਿਸੇ ਨੇ ਬਣਾਈ ਨਹੀਂ ਹੈ, ਇਹ ਸੋਚ ਹੌਲੀ ਹੌਲੀ ਸਾਡੀਆਂ ਆਪਣੀਆਂ ਗਲਤੀਆਂ ਕਰਕੇ ਬਣੀ ਹੈ। ਸਭ ਤੋਂ ਪਹਿਲੀ ਜ਼ਿੰਮੇਵਾਰੀ ਸੰਗਤ ਦੀ ਹੈ। ਜੇਕਰ ਗ੍ਰੰਥੀ ਸਿੰਘ ਤੁਹਾਡੇ ਗੁਰੂ ਘਰ ਦਾ ਚੰਗਾ ਹੈ, ਚਾਹੇ ਤੁਸੀਂ ਸ਼ਹਿਰ 'ਚ ਰਹਿੰਦੇ ਹੋ, ਮੁਹੱਲੇ 'ਚ ਰਹਿੰਦੇ ਹੋ, ਜਿੱਥੇ ਵੀ ਰਹਿੰਦੇ ਨੇ, ਅਗਰ ਚੰਗਾ ਗ੍ਰੰਥੀ ਸਿੰਘ ਹੈ, ਜਿਹਨੂੰ ਰੋਜ਼ ਗੁਰਮਤਿ ਦਾ ਪ੍ਰਚਾਰ ਕਰਦਾ, ਕਿਸੇ ਦਾ ਹੱਥ ਫੋਕਾ ਬਣ ਕੇ ਨਹੀਂ ਚੱਲਦਾ, ਜੋ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ ਦਿੰਦਾ ਹੈ, ਉਸਦਾ ਸਾਥ ਦੇਣਾ ਸਿੱਖ ਸੰਗਤ ਦਾ ਫਰਜ਼ ਬਣਦਾ। ਫਿਰ ਚਾਹੇ ਕਮੇਟੀ ਜਿੰਨਾ ਮਰਜ਼ੀ ਜ਼ੋਰ ਲਾ ਕੇ ਉਹਨੂੰ ਕੱਢਣ ਦੀ ਕੋਸ਼ਿਸ਼ ਕਰਦੀ ਹੋਵੇ, ਉਸ ਥਾਂ ਦੇ ਉੱਤੇ ਜਲੰਧਰ ਦੇ ਵਿੱਚ ਗੁਰੂ ਘਰ ਦੀ ਕਮੇਟੀ ਨੇ ਕੀਤਾ ਹੈ, ਸੰਗਤ ਨੇ ਪੂਰੀ ਪਿੰਡ ਦੀ ਨੇ ਕੀਤਾ। ਜਲੰਧਰ ਦੇ ਵਿੱਚ ਗੁਰੂ ਘਰ 'ਚੋਂ ਗ੍ਰੰਥੀ ਸਿੰਘ ਕੱਢਿਆ ਜਾ ਰਿਹਾ ਸੀ, ਕਿਉਂਕਿ ਕਮੇਟੀ ਵਾਲਿਆਂ ਦੀ ਉਹਨਾਂ ਨੇ ਗੱਲ ਨਹੀਂ ਸੀ ਮੰਨੀ। ਗ੍ਰੰਥੀ ਸਿੰਘ ਨੂੰ ਜ਼ਬਰਦਸਤੀ ਕਿਹਾ ਗਿਆ ਕਿ ਤੂੰ ਸਾਈਨ ਕਰ ਰੈਜ਼ਿਗਨੇਸ਼ਨ ਦੇ ਉੱਤੇ, ਰਿਜ਼ਾਈਨ ਦੇ ਉੱਤੇ। ਗ੍ਰੰਥੀ ਸਿੰਘ ਨੇ ਸਾਈਨ ਵੀ ਕਰ ਦਿੱਤੇ ਸੀ। ਉਸ ਤੋਂ ਬਾਅਦ ਸੰਗਤ ਤੱਕ ਗੱਲ ਪਹੁੰਚੀ, ਮੈਂ ਵੀ ਫੋਨ ਉਹਦਾ ਆਪਣੇ ਚੈਨਲ ਦੇ ਉੱਤੇ ਪਾਇਆ। ਉਸ ਤੋਂ ਬਾਅਦ ਸਾਰਿਆਂ ਨੇ ਫਿਰ ਤੋਂ ਬੈਠ ਕੇ ਚਿੰਤਨ ਕੀਤਾ, ਪਿੰਡ ਸਾਰਾ ਇੱਕ ਪਾਸੇ ਹੋ ਗਿਆ, ਕਮੇਟੀ ਦਾ ਹੈੱਡ ਬਦਲ ਕੇ ਉਹ ਗ੍ਰੰਥੀ ਵਾਪਸ ਲਿਆਇਆ। ਇਹ ਹੁੰਦੀ ਹੈ ਸੱਚਾਈ ਅਤੇ ਇਮਾਨਦਾਰੀ ਦੇ ਨਾਲ ਉਹਦੇ ਮੂੰਹ 'ਤੇ ਚਪੇੜ ਮਾਰਨਾ ਜਿਹੜਾ ਗਲਤ ਹੋ। ਅਸੀਂ ਆਹ ਕਰਨਾ ਕਿਉਂਕਿ ਅਸੀਂ ਦੂਜਿਆਂ ਦੇ ਵਿੱਚ ਅਵੇਅਰਨੈਸ ਲੈ ਕੇ ਆਉਣੀ, ਅਸੀਂ ਆਪ ਸਾਹਮਣੇ ਜਾ ਕੇ ਕਿਸੇ ਨਾਲ ਮਤਲਬ ਆਰਗਿਊਮੈਂਟ ਨਹੀਂ ਕਰਨਾ, ਕਿਸੇ ਨੂੰ ਦਲੀਲ ਨਹੀਂ, ਕੋਈ ਭੱਦੀ ਸ਼ਬਦਾਵਲੀ ਨਹੀਂ ਵਰਤਣੀ, ਕੋਈ ਅਜਿਹਾ ਕੰਮ ਨਹੀਂ ਕਰਨਾ, ਕਿਉਂਕਿ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਬਗਾਨਾ ਕੋਈ ਕੁਛ ਵੀ ਕਰੀ ਜਾਵੇ ਉਹਨਾਂ 'ਤੇ ਕੁਛ ਨਹੀਂ ਹੁੰਦਾ, ਸਿੱਖ ਨੇ ਜ਼ੋਰ ਨਾਲ ਉਹ ਵੀ ਕਰਤਾ ਤਾਂ ਉੱਥੇ ਪਰਚਾ ਹੋ ਜਾਣਾ। ਇਸ ਲਈ ਬਹੁਤ ਧਿਆਨ ਦੇ ਨਾਲ, ਬਹੁਤ ਸੰਭਲ ਕੇ ਚੱਲਣ ਦੀ ਲੋੜ ਹੈ, ਪ੍ਰਚਾਰਕਾਂ ਨੂੰ ਸਾਂਭ ਕੇ ਚੱਲਣ ਦੀ ਲੋੜ ਹੈ, ਜਿਹੜੇ ਚੰਗੇ ਪ੍ਰਚਾਰਕ ਹੈ ਨੇ।
ਇਸੇ ਦੇ ਨਾਲ ਮੈਂ ਬਸ ਇੰਨਾ ਹੀ ਕਹਾਂਗਾ, ਕਦੀ ਵੀ ਕਿਸੇ ਨੂੰ ਵੀ ਮੇਰੇ ਪਲੇਟਫਾਰਮ ਦੀ ਲੋੜ ਪੈਂਦੀ ਹੈ ਕਿਸੇ ਵੀ ਤਰ੍ਹਾਂ ਨਾਲ ਪੈਂਦੀ ਹੈ, ਉਹ ਬੇਝਿਜਕ ਹੋ ਕੇ ਮੈਨੂੰ ਕਾਲ ਕਰ ਸਕਦਾ, ਆਪਣੇ ਦਿਲ ਦੀ ਗੱਲ ਸਾਡੇ ਨਾਲ ਸਾਂਝੀ ਕਰ ਸਕਦਾ, ਗੁਰਬਾਣੀ ਅਖੰਡਬਾਣੀ @gmail.com ਦੇ ਉੱਤੇ ਆਪਣੀਆਂ ਵੀਡੀਓਜ਼ ਬਣਾ ਕੇ ਤੁਸੀਂ ਭੇਜ ਸਕਦੇ ਹੋ, ਜੋ ਵੀ ਥੋਟਸ ਤੁਹਾਡੇ ਦਿਮਾਗ ਦੇ ਵਿੱਚ ਆਉਂਦੇ ਹਨ, ਜੋ ਤੁਹਾਨੂੰ ਲੱਗਦਾ ਹੈ ਕਿ ਇਹ ਸਰਬੱਤ ਦੇ ਭਲੇ ਵਾਸਤੇ ਮੈਂ ਸੋਚਿਆ ਹੈ ਅਤੇ ਇਹ ਚੀਜ਼ਾਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਨੇ, ਅਸੀਂ ਜ਼ਰੂਰ ਤੁਹਾਡੇ ਨਾਲ ਉੱਥੇ ਖੜ੍ਹੇ ਹੋਵਾਂਗੇ। ਅਤੇ ਜੋ ਇਹਨਾਂ ਨੇ ਸੰਭਾਲ ਲਹਿਰ ਦੀ ਸ਼ੁਰੂਆਤ ਕੀਤੀ ਹੈ, ਉਮੀਦ ਕਰਦਾ ਤੁਸੀਂ ਸਾਰੇ ਇਸ ਦੇ ਵਿੱਚ ਇਹਨਾਂ ਦਾ ਵੱਧ ਚੜ੍ਹ ਕੇ ਸਾਥ ਦਿਓਗੇ। ਇਸੇ ਦੇ ਨਾਲ ਮੈਨੂੰ ਇਜਾਜ਼ਤ ਦਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।